ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ Exam Study With Job Alert ਤੇ ਅੱਜ ਦਾ ਪਹਿਲਾ ਚੈਪਟਰ ਹੈ ਜੀ ਪਹਿਲਾ ਭਾਗ ਹੈ World History ਦਾ ਟੌਪਿਕ ਹੈ ਜੀ ਪੋਨਰ ਜਾਗਰਣ ਤਾਂ ਇਹਦੇ ਨਾਲ ਸੰਬੰਧਤ ਤੁਹਾਨੂੰ ਮਹੱਤਵਪੂਰਨ ਜਾਣਕਾਰੀ ਜਿਹੜੀ ਉਹ ਪ੍ਰੋਵਾਈਡ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਤੁਹਾਨੂੰ ਹਰ ਰੋਜ਼ ਲੇਟੈਸਟ ਟੌਪਿਕ ਉੱਤੇ ਵੀਡੀਓ ਦੀ ਅਪਡੇਟ ਇਨਫੋਰਮੇਸ਼ਨ ਜਿਹੜੀ ਆ ਉਹ ਮਿਲਦੀ ਰਹੇ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਆ ਜੀ ਪੁਨਰ ਜਾਗਰਣ ਦਾ ਉਦੇਸ਼ ਕੀ ਸੀਗਾ ਤਾਂ ਉਹ ਸੀਗਾ ਧਰਮ ਦੀ ਥਾਂ ਮਾਨਵਤਾ ਨੂੰ ਪਹਿਲ ਦੇਣਾ ਪੁਨਰ ਜਾਗਰਣ ਦਾ ਉਦੇਸ਼ ਸੀਗਾ ਫਲੋਰੈਂਸ ਨਗਰ ਪੂਰਨ ਪੁਨਰ ਜਾਗਰਣ ਦਾ ਆਰੰਭ ਇਟਲੀ ਦੇ ਫਲੋਰੈਂਸ ਨਗਰ ਤੋਂ ਮੰਨਿਆ ਜਾਂਦਾ ਹੈ ਦਾਂਤੇ ਇਟਲੀ ਦੇ ਮਹਾਨ ਕਵੀ ਦਾਂਤੇ ਦਾਂਤੇ ਨੂੰ ਪੁਨਰ ਜਾਗਰਣ ਦੀ ਸ਼ੁਰੂਆਤ ਕਰਨ ਵਾਲਾ ਮੰਨਿਆ ਜਾਂਦਾ ਹੈ ਇਸ ਦਾ ਜਨਮ ਇਟਲੀ ਦੇ ਫਲੋਰੈਂਸ ਨਗਰ ਵਿੱਚ ਹੋਇਆ ਦੰਤੇ ਨੇ ਪ੍ਰਾਚੀਨ ਲਾਟਨ ਭਾਸ਼ਾ ਨੂੰ ਛੱਡ ਕੇ ਤਤਕਾਲੀਨ ਇਟਲੀ ਦੀ ਬੋਲਚਾਲ ਭਾਸ਼ਾ ਟਸਕਨ ਵਿੱਚ ਡਿਵਾਈਨ ਕਮੀਡੀ ਨਾਮਕ ਕਾਵਿ ਲਿਖਿਆ ਸੀ ਇਸ ਵਿੱਚ ਦੰਤੇ ਨੇ ਸਵਰਗ ਨਰਕ ਦੀ ਇੱਕ ਕਾਲਪਨਿਕ ਯਾਤਰਾ ਦਾ ਵਰਣਨ ਕੀਤਾ ਸੀ ਤਾਂ ਡਿਵਾਈਨ ਕਮੀਡੀ ਹੈ ਜਿਹੜੀ ਉਹ ਦੰਤੇ ਨੇ ਲਿਖੀ ਸੀ ਇਹ ਇੱਕ ਕਾਵਿ ਸੀਗਾ ਤਾਂ ਇਸ ਤੇ ਆਧਾਰਿਤ ਪ੍ਰਸ਼ਨ ਪੁੱਛੇ ਜਾਂਦੇ ਆ ਪੈਂਟਰਾਂਕ ਇਹ ਵੀ ਇਟਲੀ ਨਿਵਾਸੀ ਸੀਗਾ ਦੰਤੇ ਤੋਂ ਬਾਅਦ ਦੂਸਰਾ ਪੁਨਰ ਜਾਗਰਣ ਦੀ ਭਾਵਨਾ ਦਾ ਵਰਣਨ ਕਰਨ ਵਾਲਾ ਦੂਸਰਾ ਵਿਅਕਤੀ ਪੈਟਰਾਕ ਸੀਗਾ 1304 1367 ਪੈਟਰਾਕ ਨੂੰ ਮਾਨਵਤਾਵਾਦ ਦਾ ਸੰਸਥਾਪਕ ਸੀ ਜਿਹੜਾ ਉਹ ਮੰਨਿਆ ਜਾਂਦਾ ਹੈ ਅਗਲਾ ਆਉਂਦਾ ਵੋਕੇਸੀਓ ਇਟਾਲੀਅਨ ਕਹਾਣੀ ਗੱਦ ਦਾ ਜਨਕ ਵੋਕੇਸੀਓ 1313 1375 ਈਸਵੀ ਨੂੰ ਮੰਨਿਆ ਜਾਂਦਾ ਹੈ ਬੇਕਾ ਮਿਹਾਨ ਤਾਂ ਜਿਹੜੀ ਬੋ ਕੈਸੀਓ ਸੀਗਾ ਇਹਦੀ ਪ੍ਰਸਿੱਧ ਪੁਸਤਕ ਦਾ ਨਾਮ ਹੈ ਇਸ ਦੁਆਰਾ ਲਿਖੀ ਹੋਈ ਪੁਸਤਕ ਹੈ ਅਗਲਾ ਹੁੰਦਾ ਮਕਿਆਵਲੀ ਆਧੁਨਿਕ ਅਵੇਸ਼ਵ ਦਾ ਪਹਿਲਾ ਰਾਜਨੀਤਿਕ ਚਿੰਤਕ ਸੀਗਾ ਇਹ ਅਤੇ ਫਲੋਰੈਂਸ ਨਿਵਾਸੀ ਸੀਗਾ ਇਹਦੀ ਟਾਈਮਿੰਗ ਸੀ ਜਿਹੜੀ 1469 ਤੋਂ 1567 ਇਸ ਨੂੰ ਮੰਨੀ ਜਾਂਦੀ ਹੈ ਮੈਕੀਆਵਲੀ ਦੀ ਪ੍ਰਸਿੱਧ ਪੁਸਤਕ ਦਾ ਪ੍ਰਿੰਸ ਜੋ ਰਾਜ ਦਾ ਇੱਕ ਨਵਾਂ ਚਿੱਤਰ ਪ੍ਰਸਤੁਤ ਕਰਦੀ ਹੈ ਸੋ ਇੰਪੋਰਟੈਂਟ ਜਾਣਕਾਰੀ ਹੈ ਇਹ ਬੌਕਸ ਨੇਮ ਦੇ ਉਹਨਾਂ ਦੇ ਰਾਈਟਰ ਨੇ ਕਿੱਥੇ-ਕਿੱਥੋਂ ਦੇ ਹੋਏ ਸੀਗੇ ਇਹ ਸਾਰੀ ਜਾਣਕਾਰੀ ਆਪਣੇ ਆਪ ਦੇ ਵਿੱਚ ਇਹ ਕੁਐਸਚਨ ਬਣਦੇ ਨੇ ਆਧੁਨਿਕ ਰਾਜਨੀਤੀ ਦਰਸ਼ਨ ਦਾ ਪਿਤਾਮਾ ਮੈਕੀਆਵਲੀ ਨੂੰ ਮੰਨਿਆ ਜਾਂਦਾ ਹੈ ਮੈਕਾਵੈਲੀ ਦੀ ਪੁਸਤਕ ਦਾ ਪ੍ਰਿੰਸ ਦੀ ਤੁਲਨਾ ਕੋਇਲਿਆ ਦੇ ਅਰਥਸ਼ਾਸਤਰ ਜਾਨੀ ਕਿ ਕੋਟਲਿਆ ਉਹਦੇ ਨਾਲ ਕੀਤੀ ਜਾਂਦੀ ਹੈ ਪੁਨਰਜਾਗਰਨ ਦੀ ਭਾਵਨਾ ਨੂੰ ਪੂਰਨ ਅਭਿਵਿਅਕਤੀ ਇਟਲੀ ਦੇ ਤਿੰਨ ਕਲਾਕਾਰਾਂ ਦੇ ਚਿੱਤਰਾਂ ਤੋਂ ਮਿਲਦੀ ਹੈ ਜਿਦਾ ਵਰਨਣ ਇਸ ਪ੍ਰਕਾਰ ਹੈ ਪਹਿਲਾ ਲੀਨਾਰਡੋ ਦੀ ਵਿੰਚੀ ਚਿੱਤਰਕਾਰ ਮੂਰਤੀਕਾਰ ਇੰਜੀਨੀਅਰ ਕਵੀ ਵਿਗਿਆਨਿਕ ਦਾਰਸ਼ਨਿਕ ਅਤੇ ਗਾਇਕਸੀ ਲਿਨਾਰਡੋ ਡਿਵਿੰਚੀ ਨੇ ਦੀ ਲਾਸਟ ਸੈਪਰ ਮੋਨਾਲੀza ਨਾਮਕ ਅਮਰ ਚਿੱਤਰਾਂ ਦੇ ਰਚਿਤਾ ਦੇ ਹੋਣ ਕਾਰਨ ਪ੍ਰਸਿੱਧ ਸੀਗਾ ਇਹ ਸੈਕੰਡ ਆਉਂਦਾ ਮਾਈਕਲ ਐਂਜਲੋ ਜੋ ਅਦਭੁਤ ਮੂਰਤੀਕਾਰ ਅਤੇ ਚਿੱਤਰਕਾਰ ਸੀਗਾ ਦੀ ਲਾਸਟ ਜਜਮੈਂਟ ਅਤੇ ਦੀ ਫਾਲ ਔਨ ਮੈਨ ਮਾਈਕਲੋ ਐਂਜਲੋ ਦੀਆਂ ਚਿੱਤਰਕਾਰੀਆਂ ਚਿੱਤਰਕਲਾ ਹੈ ਸਿਸਤਾਨ ਦੇ ਗੱਜਾਕਾਰ ਛਤ ਵਿੱਚ ਮਾਈਕਲ ਐਜਲੋ ਦੇ ਦੁਆਰਾ ਹੀ ਚਿੱਤਰ ਬਣਾਏਗੇ ਸੰ 3 ਨੰਬਰ ਤੇ ਆਉਂਦਾ ਹੈ ਰਾਫੇਲ ਜੋ ਇਟਲੀ ਦਾ ਇੱਕ ਚਿੱਤਰਕਾਰ ਸੀਗਾ ਸਭ ਤੋਂ ਵਧੀਆ ਚਿੱਤਰਕਲਾ ਜੀ ਜਸ ਕ੍ਰਾਈਸਟ ਦੀ ਮਾਤਾ ਮੈਡੋਨਾ ਦਾ ਚਿੱਤਰ ਹੈ ਅੱਗੇ ਆਉਂਦਾ ਕੀਆਟੋ ਪੁਨਰਜਾਗਰਣ ਕਾਲ ਵਿੱਚ ਚਿੱਤਰਕਾਰਾਂ ਦਾ জনক ਪਿਤਾਮਾ ਸੀਗਾ ਅੱਗੇ ਫਰਾਂਸਿਸ ਵੇਕਨ ਪੂਰਨ ਜਾਗਰਣ ਕਾਲ ਦਾ ਸਰਵਸ਼੍ਰੇਸ਼ਟ ਨਿਵੰਦਕਾਰ ਇੰਗਲੈਂਡ ਦਾ ਨਿਵਾਸੀ ਸੀ ਇਹ ਆਪਣੀ ਪੋਸਤਕ ਦੀ ਪ੍ਰੇਂਜ ਆਫ ਫੋਲੀ ਦੇ ਵਿੱਚ ਵਿੰਗਿਆਤਮਕ ਢੰਗ ਨਾਲ ਪਾਦਰੀਆਂ ਦੇ ਅਨੈਤਿਕ ਜੀਵਨ ਅਤੇ ਈਸਾਈ ਧਰਮ ਦੀ ਕੁਰੀਤੀਆਂ ਸੀ ਜਿਹੜੀ ਤੇਸ ਨੇ ਇਹਦਾ ਪ੍ਰਹਾਰ ਕੀਤਾ ਸੀਗਾ ਅਗੇ ਮੂਰ ਇਹ ਵੀ ਇੰਗਲੈਂਡ ਦਾ ਲੇਖਕ ਸੀਗਾ ਟਾਮਸ ਮੂਰ ਨੇ ਆਪਣੀ ਪੋਸਤਕ ਯੂਟੋਪੀਆ ਵਿੱਚ ਆਦਰਸ਼ ਸਮਾਜ ਦਾ ਚਿੱਤਰ ਪ੍ਰਸਤੁਤ ਕੀਤਾ ਸੀ ਅੱਗੇ ਮਾਰਟਿਨ ਲੂਥਰ ਜੋ ਜਰਮਨੀ ਦਾ ਨਿਵਾਸੀ ਸੀਗਾ ਧਰਮ ਸੁਧਾਰ ਅੰਦੋਲਨ ਦੀ ਸ਼ੁਰੂਆਤ ਦਾ ਪ੍ਰਵਰਤਕ ਜਰਮਨ ਭਾਸ਼ਾ ਦੇ ਵਿੱਚ ਬਾਈਬਲ ਦਾ ਅਨੁਵਾਦ ਪ੍ਰਸਤੁਤ ਕੀਤਾ ਸੀਗਾ ਮਾਰਟਿਨ ਲੂਥਰ ਨੇ ਮਹਾਤਮਾ ਗਾਂਧੀ ਮਾਰਟਿਨ ਲੂਥਰ ਤੋਂ ਪ੍ਰਭਾਵ ਸੀਗਾ ਅੱਗੇ ਆਉਂਦਾ ਜੀ ਤਾਂ ਇੱਥੇ ਬਲਰ ਹੋ ਗਿਆ ਆਧੁਨਿਕ ਪਰਯੋਗਾਤਮਕ ਵਿਗਿਆਨ ਦਾ ਜਨਦਾਤਾ ਮੰਨਿਆ ਜਾਂਦਾ ਹੈ ਬੈਂਕਰ ਨਾਮ ਹੈ ਇਹ ਅੱਗੇ ਆਉਂਦਾ ਜੀ ਧਰਮ ਸੁਧਾਰ ਅੰਦੋਲਨ ਧਰਮ ਸੁਧਾਰ ਅੰਦੋਲਨ ਦੀ ਸ਼ੁਰੂਆਤ 16ਵੀਂ ਸਦੀ ਦੇ ਵਿੱਚ ਹੋਈ ਸੀ ਇਸ ਅੰਦੋਲਨ ਦੀ ਸ਼ੁਰੂਆਤ ਦਾ ਪ੍ਰਵਰਤਕ ਮਾਰਟਿਨ ਲੂਥਰ ਸੀਗਾ ਧਰਮ ਸੁਧਾਰ ਅੰਦੋਲਨ ਦੀ ਸ਼ੁਰੂਆਤ ਜਿਹੜੀ ਉਹ ਇੰਗਲੈਂਡ ਦੇ ਵਿੱਚ ਹੋਈ ਸੀ ਅੱਗੇ ਗੱਲ ਕਰਦੇ ਹਾਂ ਜੀ ਜਾਨ ਵਿਕਲਿਫ ਦੀ ਜਾਨ ਵਿਕਲਿਫ ਨੇ ਧਰਮ ਸੁਧਾਰ ਅੰਦੋਲਨ ਦਾ ਸਵੇਰ ਦਾ ਜਾਨਕੀ ਪ੍ਰਾਂਤਕਾਲੀਨ ਤਾਰਾ ਵੀ ਕਿਹਾ ਜਾਂਦਾ ਹੈ ਇਸ ਦੇ ਅਰੰਝਾਈਆਂ ਲੋਲਾਰਡਸ ਕਹੇ ਜਾਂਦੇ ਸਨ ਜਾਂ ਕਹੇ ਹੁੰਦੇ ਸੀ ਅਮਰੀਕਾ ਦੀ ਖੋਜ ਕ੍ਰਿਸਟੋਫਰ ਕੋਲੰਬਸ ਨੇ 1492 ਦੇ ਵਿੱਚ ਕੀਤੀ ਸੀ ਅਮੈਰੀਗੋ ਵੇਸਪੂਸੀ ਇਟਲੀ ਦੇ ਨਾਮ ਤੇ ਅਮਰੀਕਾ ਦਾ ਨਾਮ ਪਿਆ ਸੀ ਪ੍ਰਸ਼ਾਂਤ ਮਹਾਸਾਗਰ ਦਾ ਨਾਮਕਰਨ ਸਵੇਨ ਨੇ ਪਾਇਸੀ ਮੈਗਲਨ ਨੇ ਕੀਤਾ ਸਮੁੰਦਰੀ ਮਾਰਗ ਤੋਂ ਪੂਰੇ ਸੰਸਾਰ ਦਾ ਚੱਕਰ ਲਗਾਉਣ ਵਾਲਾ ਪਹਿਲਾ ਵਿਅਕਤੀ ਮੈਗਲਨ ਸੀ ਧਰਤੀ ਸੌਰ ਮੰਡਲ ਦਾ ਕੇਂਦਰ ਹੈ ਇਸ ਦਾ ਸਭ ਤੋਂ ਪਹਿਲਾ ਖੰਡਨ ਪੋਲੈਂਡ ਨਿਵਾਸੀ ਕੋਪਰਨਿਕਸ ਨੇ ਕੀਤਾ ਗੈਲੀਲੋ ਨੇ ਵੀ ਕੋਪਰਨਿਕਸ ਦੇ ਸਿਧਾਂਤ ਦਾ ਸਮਰਥਨ ਕੀਤਾ ਸੀ ਗੈਲੀਲੋ ਨੇ ਦੂਰਬੀਨ ਦੀ ਖੋਜ ਕੀਤੀ ਬਰੂਨੋ ਨੇ ਕੋਪਰਨਿਕਸ ਅਤੇ ਗੈਲੀਲੋ ਦਾ ਸਮਰਥਨ ਕੀਤਾ ਪਰ ਧਾਰਮਿਕ ਆਗੂਆਂ ਨੇ ਉਸ ਨੂੰ ਜਿੰਦਾ ਜਲਾ ਦਿੱਤਾ ਸੀ ਜਰਮਨੀ ਦੇ ਪ੍ਰਸਿੱਧ ਵਿਗਿਆਨਿਕ ਕੇਪਲਾ ਜਾਂ ਕੈਪਲਰ 1575-1630 ਈਸਵੀ ਨੇ ਗਣਿਤ ਦੀ ਸਹਾਇਤਾ ਨਾਲ ਇਹ ਦੱਸਿਆ ਕਿ ਗ੍ਰਹਿ ਸੂਰਜ ਦੇ ਚਾਰੋਂ ਤਰਫ ਕਿਸ ਪ੍ਰਕਾਰ ਘੁੰਮਦੇ ਹਨ ਅੱਗੇ ਆਉਂਦਾ ਨਿਊਟਨ 1642 1726 ਇਸ ਵਿੱਚ ਗਰੁੱਤਾਕਰਸ਼ਨ ਦੇ ਨਿਯਮ ਦਾ ਪਤਾ ਲਗਾਇਆ ਸੀ ਸੋ ਸਾਰੇ ਇਹ ਆਪਣੇ ਆਪ ਵਿੱਚ ਬਣ ਲੈਣ ਰ ਕੁਐਸਚਨ ਨੇ ਜੋ ਤੁਹਾਨੂੰ ਵਰਡ ਹਿਸਟਰੀ ਦੇ ਤੌਰ ਤੇ ਇਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ ਅੱਗੇ ਅਸੀਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਵਿਸ਼ਵ ਇਤਿਹਾਸ ਦੇ ਮਹੱਤਵਪੂਰਨ ਪ੍ਰਸ਼ਨ ਨੇ ਇਹ ਤੁਹਾਨੂੰ ਅਸੀਂ ਅਗਲੇ ਭਾਗ ਦੇ ਵਿੱਚ ਪ੍ਰੋਵਾਈਡ ਕਰਾਂਗੇ ਸੋ ਇਹ ਟੌਪਿਕ ਸੀਗਾ ਜਿਹੜਾ ਉਹ ਪੁਨਰ ਜਾਗਰਣ ਦਾ ਸੀਗਾ ਸੋ ਕਾਫੀ ਸਾਰੇ ਕਮੈਂਟ ਆਏ ਸੀਗੇ ਵਰਡ ਹਿਸਟਰੀ ਨੂੰ ਲੈ ਕੇ ਇਸ ਕਰਕੇ ਅਸੀਂ ਵਾਰਡ ਹਿਸਟਰੀ ਦੇ ਜਿਹੜੇ ਇੰਪੋਰਟੈਂਟ ਚੈਪਟਰ ਨੇ ਉਹ ਤੁਹਾਡੇ ਨਾਲ ਇਹਨਾਂ 5-6 ਦਿਨਾਂ ਵਿੱਚ ਪ੍ਰੋਵਾਈਡ ਕਰ ਦਾਂਗੇ ਸੋ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ